वाहेगुरु जी का खालसा वाहेगुरु जी की फतेह। अनमोल विचार चैनल विच तुहाडा स्वागत है। अपनी अज दी वीडियो उन्हां दे लई आ जो कह रहे ने कि असीं गुरु घर जांदे आ, जाके बाणी भी पढ़दे आ, सेवा भी करदे आ, पर फिर भी साडा दुख नहीं कटिया जा रहा, जां साडी इच्छा पूरी नहीं हो रही, इस करके असीं निराश आ। जां कह लो कि ओह कहिंदे ने कि साडी जिंदगी दे विच कोई भी बदलाव नहीं आया, तां जिन्हां लोकां दी भी इह समस्या है ਉਹਨਾਂ ਨੇ ਅੱਜ ਤੋਂ ਗੁਰੂ ਘਰ ਜਾ ਕੇ ਮੱਥਾ ਟੇਕਣ ਤੋਂ ਬਾਅਦ ਇਹ ਕੰਮ ਕਰਨਾ ਹੈ, ਤਾਂ ਦੇਖਣਾ ਜਿੱਡੀ ਮਰਜ਼ੀ ਵੱਡੀ ਮੁਸੀਬਤ ਹੋਵੇ, ਜਿੱਡੀ ਮਰਜ਼ੀ ਵੱਡੀ ਇੱਛਾ ਹੋਵੇ, ਜਿੰਨਾ ਮਰਜ਼ੀ ਵੱਡਾ ਦੁੱਖ ਹੋਵੇ, ਸਾਰੇ ਦੁੱਖ ਸੁੱਖ ਵਿੱਚ ਬਦਲ ਜਾਣਗੇ। ਤਾਂ ਉਹ ਕਿਹੜਾ ਕੰਮ ਕਰਨਾ ਹੈ ਇਹ ਦੱਸਣ ਤੋਂ ਪਹਿਲਾਂ ਸਾਰਿਆਂ ਦੇ ਅੱਗੇ ਬੇਨਤੀ ਆ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖ ਕੇ ਆਓ। ਤਾਂ ਦੇਖੋ ਜੀ, ਜਦੋਂ ਵੀ ਸਾਡੇ ਉੱਤੇ ਕੋਈ ਵੀ ਮੁਸੀਬਤ ਆਉਂਦੀ ਆ ਤਾਂ ਅਸੀਂ ਅਕਸਰ ਘਬਰਾ ਜਾਂਦੇ ਆ, ਹਿੰਮਤ ਹਾਰ ਜਾਂਦੇ ਆ, ਜਾਂ ਫਿਰ ਜੇਕਰ ਸਾਡੇ ਮਨ ਦੇ ਵਿੱਚ ਕੋਈ ਇੱਛਾ ਮਨੋਕਾਮਨਾ ਹੈ ਜੇਕਰ ਉਹ ਪੂਰੀ ਨਹੀਂ ਹੁੰਦੀ ਤਾਂ ਅਸੀਂ ਨਿਰਾਸ਼ ਹੋ ਜਾਂਦੇ ਆ। ਤਾਂ ਜਿਨ੍ਹਾਂ ਦੇ ਨਾਲ ਵੀ ਇਦਾਂ ਦਾ ਕੁਝ ਹੁੰਦਾ ਹੈ ਉਹਨਾਂ ਨੇ ਜਦੋਂ ਵੀ ਗੁਰੂ ਘਰ ਜਾਣਾ ਹੈ ਨਾ, ਤਾਂ ਗੁਰੂ ਘਰ ਜਾ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕ ਕੇ ਇਹ ਕੰਮ ਕਰਨਾ ਹੈ। ਉਹ ਕੰਮ ਕਿਹੜਾ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਆਪਣੇ ਦਸਾਂ ਹੀ ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰਨੇ ਨੇ, ਉਹਨਾਂ ਨੂੰ ਹਾਜ਼ਰ ਨਾਜ਼ਰ ਮਹਿਸੂਸ ਕਰਨਾ ਹੈ। ਜੇਕਰ ਤੁਹਾਡੇ ਉੱਤੇ ਕੋਈ ਵੱਡੀ ਮੁਸੀਬਤ ਆ, ਜਿੱਥੇ ਤੁਹਾਡਾ ਹੌਸਲਾ ਟੁੱਟ ਰਿਹਾ ਹੈ, ਹਿੰਮਤ ਹਾਰ ਰਹੇ ਹੋ, ਭਾਵ ਕਿ ਜੇਕਰ ਤੁਹਾਡੇ ਉੱਤੇ ਕੋਈ ਵੱਡੀ ਮੁਸੀਬਤ ਆ ਪਈ ਆ, ਕੋਈ ਹੱਲ ਨਹੀਂ ਮਿਲ ਰਿਹਾ, ਤਾਂ ਉੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਯਾਦ ਕਰਨਾ, ਉਹਨਾਂ ਦੇ ਦਰਸ਼ਨ ਕਰਨੇ ਅਤੇ ਉਹਨਾਂ ਦੇ ਗੁਣ ਯਾਦ ਕਰਨੇ ਕਿ ਮੇਰੇ ਪੰਜਵੇਂ ਪਾਤਸ਼ਾਹ ਕਿਸ ਤਰ੍ਹਾਂ ਤਤਿਆਂ ਤਵਿਆਂ ਦੇ ਉੱਤੇ ਬੈਠ ਕੇ ਵੀ ਹੌਸਲਾ ਨਹੀਂ ਸੀ ਹਾਰੇ। ਤਾਂ ਦੇਖਣਾ ਤੁਹਾਡੇ ਅੰਦਰ ਆਪਣੇ ਆਪ ਤਾਕਤ ਹਿੰਮਤ ਆ ਜਾਣੀ ਆ ਆਪਣੇ ਦੁੱਖਾਂ ਨਾਲ ਲੜਨ ਦੀ। ਤੇ ਜੇਕਰ ਤੁਹਾਡੀ ਕੋਈ ਵੀ ਇੱਛਾ ਜਾਂ ਅਰਦਾਸ ਪੂਰੀ ਨਹੀਂ ਹੋ ਰਹੀ ਤਾਂ ਉੱਥੇ ਮੇਰੇ ਕਲਗੀਧਰ ਪਾਤਸ਼ਾਹ ਜੀ ਨੂੰ ਯਾਦ ਕਰਨਾ ਅਤੇ ਪਾਤਸ਼ਾਹ ਦਾ ਉਹ ਗੁਣ ਯਾਦ ਕਰਨਾ ਕਿ ਪਾਤਸ਼ਾਹ ਨੇ ਕੋਲ ਹੁੰਦਿਆਂ ਹੋਇਆਂ ਵੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ, ਸਭ ਕੁਛ ਸਾਡੇ ਉੱਤੋਂ ਵਾਰ ਦਿੱਤਾ, ਨਾ ਉਹਨਾਂ ਨੇ ਧਨ ਦੌਲਤ ਆਪਣੇ ਕੋਲ ਰੱਖਿਆ, ਨਾ ਹੀ ਪੁੱਤਰ ਆਪਣੇ ਕੋਲ ਰੱਖਿਆ, ਸਾਰਾ ਪਰਿਵਾਰ ਸਾਡੇ ਉੱਤੇ ਵਾਰ ਦਿੱਤਾ। ਤਾਂ ਜਦੋਂ ਕਲਗੀਧਰ ਪਾਤਸ਼ਾਹ ਜੀ ਦਾ ਚਿਹਰਾ ਯਾਦ ਕਰੋਗੇ, ਪਾਤਸ਼ਾਹ ਨੂੰ ਯਾਦ ਕਰੋਗੇ, ਤਾਂ ਤੁਹਾਡੇ ਅੰਦਰ ਜੋ ਵੀ ਇੱਛਾ ਹੈ, ਅਰਦਾਸ ਹੈ, ਪੂਰੀ ਨਹੀਂ ਹੋ ਰਹੀ, ਜਿੱਥੇ ਤੁਸੀਂ ਨਿਰਾਸ਼ ਹੋ ਰਹੇ ਸੀ ਨਾ, ਆਪਣੇ ਆਪ ਸਬਰ ਸੰਤੋਖ ਦੀ ਭਾਵਨਾ ਆ ਜਾਵੇਗੀ। ਤਾਂ ਜਦੋਂ ਵੀ ਗੁਰੂ ਘਰ ਜਾਣਾ ਹੈ ਨਾ, ਸਿਰਫ ਆਪਣੀਆਂ ਇੱਛਾਵਾਂ ਦੇ ਲਈ, ਆਪਣੀਆਂ ਦਾਤਾਂ ਦੇ ਲਈ ਅਰਦਾਸਾਂ ਕਰਨ ਨਹੀਂ ਜਾਣਾ, ਅਸੀਂ ਗੁਰੂ ਘਰ ਜਾਣਾ ਹੈ ਗੁਰੂ ਦੇ ਗੁਣ ਹਾਸਲ ਕਰਨ ਦੇ ਲਈ। ਕਿਉਂਕਿ ਜਦੋਂ ਗੁਰੂ ਦੇ ਗੁਣ ਹਾਸਲ ਕਰਾਂਗੇ ਤਾਂ ਸਾਡੀ ਜ਼ਿੰਦਗੀ ਦੀ ਸਾਰੀ ਮੁਹਤਾਜੀ ਦੂਰ ਹੋ ਜਾਵੇਗੀ, ਸਾਡੇ ਅੰਦਰ ਚੜ੍ਹਦੀ ਕਲਾ ਆ ਜਾਵੇਗੀ, ਤਾਂ ਫਿਰ ਅਸੀਂ ਹਰ ਇੱਕ ਦੁੱਖ ਦੇ ਨਾਲ ਹਿੰਮਤ ਦੇ ਨਾਲ ਹੌਸਲੇ ਦੇ ਨਾਲ ਲੜ ਸਕਾਂਗੇ ਅਤੇ ਉਸ ਦੁੱਖ ਦੇ ਵਿੱਚੋਂ ਬਾਹਰ ਆ ਸਕਾਂਗੇ। ਤਾਂ ਫਿਰ ਜਦੋਂ ਵੀ ਮੱਥਾ ਟੇਕਣਾ ਹੈ, ਸਿਰਫ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਵਾਪਸ ਨਹੀਂ ਆ ਜਾਣਾ, ਉੱਥੇ ਆਪਣੇ ਗੁਰੂਆਂ ਦੇ ਦਰਸ਼ਨ ਕਰਨੇ ਨੇ, ਆਪਣੇ ਗੁਰੂਆਂ ਦੇ ਗੁਣਾਂ ਨੂੰ ਯਾਦ ਕਰਨਾ ਹੈ, ਤਾਂ ਤੁਹਾਡੇ ਅੰਦਰ ਆਪਣੇ ਆਪ ਹੀ ਉਤਸ਼ਾਹ, ਹਿੰਮਤ, ਤਾਕਤ ਆ ਜਾਵੇਗੀ, ਸਾਡੇ ਅੰਦਰ ਦੀ ਗਰੀਬੀ ਦੂਰ ਹੋ ਜਾਵੇਗੀ। ਤੇ ਫਿਰ ਆਓ ਅੱਜ ਤੋਂ ਜਦੋਂ ਹੀ ਗੁਰੂ ਘਰ ਜਾਈਏ ਤਾਂ ਮੱਥਾ ਟੇਕਣ ਤੋਂ ਬਾਅਦ ਆਪਣੇ ਦਸਾਂ ਗੁਰੂ ਸਾਹਿਬਾਨਾਂ ਨੂੰ ਯਾਦ ਕਰਨਾ ਹੈ, ਉਹਨਾਂ ਦੇ ਗੁਣਾਂ ਨੂੰ ਯਾਦ ਕਰਨਾ ਹੈ ਅਤੇ ਅਰਦਾਸ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਮੇਰੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਕਰੋ, ਮੇਰੇ ਅੰਦਰ ਵੀ ਆਪ ਜੀ ਦੇ ਗੁਣ ਬਖਸ਼ੋ, ਮੈਨੂੰ ਵੀ ਸਬਰ ਸੰਤੋਖ ਨਿਮਰਤਾ ਦੀ ਦਾਤ ਬਖਸ਼ੋ, ਮੇਰੇ ਅੰਦਰ ਵੀ ਚੜ੍ਹਦੀ ਕਲਾ ਦੀ ਦਾਤ ਬਖਸ਼ੋ। ਜੇਕਰ ਪਾਤਸ਼ਾਹ ਨੇ ਤਰਸ ਖਾ ਕੇ ਇਹ ਦਾਤਾਂ ਸਾਡੀ ਝੋਲੀ ਦੇ ਵਿੱਚ ਪਾ ਦਿੱਤੀਆਂ ਨਾ, ਫਿਰ ਹਰ ਇੱਕ ਦੁੱਖ ਦਾ, ਹਰ ਇੱਕ ਮੁਸੀਬਤ ਦਾ ਮੁਕਾਬਲਾ ਹੱਸ ਕੇ ਡੱਟ ਕੇ ਕਰ ਲਵਾਂਗੇ।